ਬੀਜੇਪੀ ਦੇ ਜਿਹੜੇ ਵੱਡੇ ਨੇਤਾ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਸ਼ਰੇਆਮ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਿਹੜੇ ਉਹਨਾਂ ਦੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ ਅਮਿਤ ਸ਼ਾਹ ਨੇ ਸ਼ਰੇਆਮ ਮੁਸਲਮਾਨਾਂ ਦੇ ਖਿਲਾਫ਼ ਜ਼ਹਿਰ ਉਗਲਿਆ ਹੈ, ਤੁਸੀਂ ਇਸ ਨੂੰ ਕਿੰਨਾ ਕੁ ਸਹੀ ਮੰਨਦੇ ਹੋ? ਦੇਸ਼ ਦੇ ਜਿਹੜੇ ਰਾਜਨੀਤੀਵਾਨ ਨੇ ਉਹ ਕਹਿੰਦੇ ਆ ਵੀ ਭਾਰਤ ਇੱਕ ਜਮਹੂਰੀ ਦੇਸ਼ ਹੈ, ਇੱਥੇ ਵੱਖ ਵੱਖ ਕੌਮਾਂ ਅਤੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਆ, ਪਰ ਜਦੋਂ ਹੁਣ ਇਸ ਵੇਲੇ ਜੋ ਅਸੀਂ ਦੇਖ ਰਹੇ ਹਾਂ, ਅਸੀਂ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਹਾਂ ਵੀ ਇੱਕ ਤਰ੍ਹਾਂ ਨਾਲ ਹਿੰਦੂ ਫਾਸ਼ਿਜ਼ਮ ਦਾ ਜਿਹੜਾ ਦੌਰ ਹੈ ਜੀ ਉਹ ਸ਼ੁਰੂ ਹੋ ਰਿਹਾ, ਔਰ ਸ਼ੁਰੂ ਪਿਛਲੇ 5 ਸਾਲਾਂ ਤੋਂ ਹੋਇਆ ਵੱਧ ਚੁੱਕਿਆ ਹੈ। ਲਗਾਤਾਰ ਜਿਹੜੀ ਪਿਛਲੇ ਸਾਲਾਂ ਦੌਰਾਨ ਇਹ ਮੌਬ ਲਿੰਚਿੰਗਸ ਹੋਈਆਂ ਨੇ, ਜਾਂ ਜਿਹੜੀ ਇਹ ਜਿਹੜੀ ਮੋਰਲ ਪੁਲਿਸ ਦੇ ਨਾਂ 'ਤੇ ਜਿਹੜੇ ਗੁੰਡਾ ਗਰੋਹ ਆ, ਬਜਰੰਗ ਦਲ ਦੇ, ਸ਼ਿਵ ਸੈਨਾ ਦੇ, ਯਾਰ ਜੋ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੀਆਂ ਹੋਈਆਂ ਧਿਰਾਂ ਨੇ, ਉਹਨਾਂ ਦਾ ਇਹ ਹੋਇਆ। ਅਤੇ ਹੁਣ ਹਾਲਾਤ ਇੱਥੋਂ ਤੱਕ ਹੈ ਵੀ ਪਿਛਲੇ ਦਿਨੀ ਦਿੱਲੀ ਵਿੱਚ ਇਹ ਹੋਇਆ ਵੀ ਰਾਮ ਨੌਮੀ ਦੇ ਤਿਉਹਾਰ ਦਾ ਸਹਾਰਾ ਲੈ ਕੇ ਮੁਸਲਮਾਨ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਹਿੰਦੂ ਫਿਰਕੂ ਭੀੜਾਂ ਨੇ ਜਲੂਸ ਕੱਢਿਆ ਅਤੇ ਉੱਥੇ ਨਾਅਰੇ ਮਾਰੇ ਆ ਅਬ ਕੀ ਬਾਰ ਹਿੰਦੂ ਸਰਕਾਰ। ਜਿਹੜੇ ਪੂਰੀ ਤਰ੍ਹਾਂ ਉਹਨਾਂ ਨੇ ਪੰਗਾ ਲੈਣ ਦੇ ਯਤਨ ਕਰੇ ਆ ਵੀ ਕਿਸੇ ਤਰ੍ਹਾਂ ਇੱਕ ਤਰ੍ਹਾਂ ਨਾਲ ਲੜਾਈ ਸ਼ੁਰੂ ਹੋਵੇ ਅਤੇ ਫਿਰ ਅਸੀਂ ਮੁਸਲਮਾਨਾਂ ਨੂੰ ਉਸੇ ਤਰ੍ਹਾਂ ਸਬਕ ਸਿਖਾਈਏ ਜਿੱਦਾਂ 1984 'ਚ ਸਿੱਖਾਂ ਦਾ ਕਤਲੇਆਮ ਹੋਇਆ। ਜਾਣ ਬੁੱਝ ਕੇ ਇੱਕ ਰਾਮ ਚੰਦਰ ਜੀ ਦੇ ਨਾਂ 'ਤੇ ਰਾਮ ਨੌਮੀ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਉਹਦਾ ਸਹਾਰਾ ਲੈ ਕੇ ਉੱਥੇ ਬਿਲਕੁਲ ਉਹਨਾਂ ਨੇ ਫਿਰਕੂ ਭਾਵਨਾਵਾਂ ਭੜਕਾਉਣ ਦਾ ਅਤੇ ਜੰਗ ਲਾਉਣ ਦਾ ਪੂਰਾ ਯਤਨ ਕਰਿਆ। ਉਹ ਤਾਂ ਠੀਕ ਆ ਵੀ ਮੁਸਲਮਾਨ ਕਮਿਟੀ ਵੱਲੋਂ ਕੋਈ ਰਿਐਕਸ਼ਨ ਨਹੀਂ ਹੋਇਆ, ਨਹੀਂ ਜੰਗ ਦੀਆਂ ਪੂਰੀਆਂ ਸੰਭਾਵਨਾਵਾਂ ਸੀ ਉੱਥੇ। ਅਬ ਕੀ ਬਾਰ ਹਿੰਦੂ ਸਰਕਾਰ ਜਿਹੜੀ ਸਪਸ਼ਟ ਰੂਪ ਵਿੱਚ ਉਹਨਾਂ ਨੇ ਨਾਅਰੇ ਲਾਏ ਨੇ, ਅਤੇ ਹੁਣ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈਗੀ ਅਮਿਤ ਸ਼ਾਹ ਨੇ ਜੀ ਜੀ ਸਪਸ਼ਟ ਰੂਪ ਵਿੱਚ ਬਿਆਨ ਦਿੱਤਾ ਵੀ ਜਿਹੜੇ ਉਹ ਗੱਲ ਕਰ ਰਹੇ ਸੀਗੇ ਜਿਹੜੇ ਮਾਈਗ੍ਰੈਂਟਸ ਆਏ ਨੇ ਅਫਗਾਨਿਸਤਾਨ ਤੋਂ, ਬੰਗਲਾਦੇਸ਼ ਤੋਂ ਜਾਂ ਹੋਰ ਕੰਟਰੀਜ਼ ਤੋਂ, ਉਹ ਕਹਿੰਦਾ ਵੀ ਸਿੱਖਾਂ, ਹਿੰਦੂਆਂ ਅਤੇ ਬੋਧੀਆਂ ਤੋਂ ਬਿਨਾਂ ਜਿਹੜਾ ਵੀ ਆਇਆ ਉਹਨੂੰ ਇੱਥੋਂ ਇਕੱਲੇ ਇਕੱਲੇ ਨੂੰ ਚੱਕ ਕੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾਊਗਾ। ਮਤਲਬ ਕਿਤੇ ਨਾ ਕਿਤੇ ਡਾਇਰੈਕਟ ਅਟੈਕ ਜਿਹੜਾ ਡਾਇਰੈਕਟ ਅਟੈਕ ਮੁਸਲਮਾਨਾਂ 'ਤੇ ਆ। ਮਤਲਬ ਇਹ ਹੋ ਰਿਹਾ ਵੀ ਇੱਕ ਪਾਰਟੀ ਦਾ ਪ੍ਰਧਾਨ, ਇਹਨੂੰ ਤੁਸੀਂ ਡਰ ਦੀ ਭਾਵਨਾ ਵੀ ਕਹਿ ਸਕਦੇ ਹੋ ਵੀ ਉਹ ਡਰੇ ਹੋਏ ਨੇ, ਜਿੰਨਾ ਥੱਲੇ ਡਿੱਗ ਕੇ ਉਹ ਪ੍ਰਚਾਰ ਕਰ ਰਹੇ ਨੇ। ਇੱਕ ਤਾਂ ਉਹ ਜਿਹੜੇ CRP ਦੇ ਜਵਾਨ ਮਾਰੇ ਗਏ ਨੇ ਉਹਨਾਂ ਦਾ ਸਹਾਰਾ ਲੈ ਰਹੇ ਨੇ, ਅਤੇ ਇੱਕ ਆ ਮੁਸਲਮਾਨਾਂ ਦੇ ਖਿਲਾਫ਼ ਉਹ ਗੁਜਰਾਤ ਵਿੱਚ ਬੋਲਿਆ ਜਿਸ ਤਰ੍ਹਾਂ, ਹੈ ਨਾ, ਵੀ ਕਹਿੰਦਾ ਵੀ ਇਕੱਲੇ ਇਕੱਲੇ ਮੁਸਲਮਾਨ ਨੂੰ ਚੱਕ ਕੇ ਬਾਹਰ ਸੁੱਟਿਆ ਜਾਊਗਾ ਦੇਸ਼ ਵਿੱਚੋਂ, ਬਾਹਰ ਕੱਢ ਦੋ। ਮਤਲਬ ਕਿੰਨੀ ਜ਼ਹਿਰੀਲੀ ਭਾਵਨਾ ਇਹ। ਮਤਲਬ ਕਿਹੜੀ ਡੈਮੋਕ੍ਰੇਸੀ ਦੀ ਫਿਰ ਤੁਸੀਂ ਗੱਲ ਕਰਦੇ ਹੋ, ਕਿਹੜੀ ਜਮਹੂਰੀਅਤ ਦੀ ਗੱਲ ਕਰਦੇ ਹੋ ਨਾ, ਕਿ ਤੁਸੀਂ ਅਸੀਂ ਜਮਹੂਰੀ ਇੱਕ ਦੇਸ਼ ਹੈ ਜੀ, ਸਾਡੀਆਂ ਸੰਸਥਾਵਾਂ ਨੇ ਜੀ, ਸਾਡਾ ਮਤਲਬ ਕਿ ਇੰਨਾ ਮਤਲਬ ਕਿ ਡੈਮੋਕ੍ਰੇਟਿਕਲੀ ਅਸੀਂ ਵਰਕ ਕਰਦੇ ਹਾਂ। ਜਦੋਂ ਤੁਸੀਂ ਮੈਦਾਨ ਵਿੱਚ ਆਉਂਦੇ ਹੋ ਉਦੋਂ ਤੁਹਾਡੀ ਜ਼ਹਿਰ ਆ ਜਿਹੜੀ ਉਹ ਸਾਰੀ ਸਾਹਮਣੇ ਆਉਂਦੀ ਹੈ। ਮਤਲਬ ਕਿ ਸਾਰਾ ਅਸੀਂ ਸਮਝਦੇ ਹਾਂ ਵੀ ਦੇਸ਼ ਦਾ ਇੱਕ ਜਿਹੜਾ ਡੈਮੋਕ੍ਰੈਟਿਕ ਫੈਬਰਿਕ ਆ ਜਿੰਨਾ ਕੁ ਵੀ ਬਚਿਆ ਸੀ, ਹੈ ਨਾ, ਅਸੀਂ ਸਮਝਦੇ ਹਾਂ ਵੀ ਬਹੁਤ ਵੱਡੀ ਡੈਮੋਕ੍ਰੇਸੀ ਨਹੀਂ ਹੈ, ਪਰ ਜਿੰਨਾ ਕੁ ਵੀ ਡੈਮੋਕ੍ਰੈਟਿਕ ਫੈਬਰਿਕ ਬਚਿਆ ਉਹਨੂੰ ਵੀ ਖਤਮ ਕਰਨ ਦੇ ਜਿਹੜੇ ਯਤਨ ਆ ਉਹ ਹੋ ਰਹੇ ਆ ਭਾਰਤੀ ਜਨਤਾ ਪਾਰਟੀ ਅਤੇ ਉਹਦੀਆਂ ਹਮਾਇਤੀ ਪਾਰਟੀਆਂ ਵੱਲੋਂ।